ਅਸਲਾਮੁਅਲੈਕੁਮ, ਵੈਲਕਮ ਟੂ ਨਿਊ ਵਲੌਗ। ਲਓ ਜੀ, ਮੈਂ ਪਹੁੰਚ ਗਿਆ ਕਾਗਾਨ। ਅੱਜ ਦਾ ਸਾਰਾ ਦਿਨ ਮੈਂ ਗੁਜ਼ਾਰਾਂਗਾ ਕਾਗਾਨ। ਰਾਤ ਲੇਟ ਆਇਆ ਬਾਬੂਸਾ ਟਫ ਤੋਂ, ਲੇਟ ਆ ਕੇ ਅਤੇ ਹੋਟਲ ਜਿਹੜਾ ਲੱਭਣਾ ਬੜਾ ਕੰਮ ਹੈ ਇੱਥੇ, ਲੇਕਿਨ ਇੱਥੇ ਆਣ ਕੇ ਹੋਟਲ ਦੀ ਕੋਈ ਪ੍ਰੋਬਲਮ ਨਹੀਂ ਆਈ। ਆਉਂਦੇ ਸਾਨੂੰ ਹੋਟਲ ਮਿਲ ਗਿਆ, ਹੋਟਲ ਵੀ ਅੱਛਾ ਮਿਲ ਗਿਆ। ਔਰ ਬੰਦੇ ਵੀ ਜਿਹੜੇ ਸੀ ਉਹ ਸਾਡੇ ਪੰਜਾਬ ਦੇ ਸੀ, ਲਾਹੌਰ ਦੇ, ਉਹ ਮੈਨੂੰ ਉਹਨਾਂ ਨੇ ਪਛਾਣ ਲਿਆ, ਪਛਾਣ ਕੇ ਅਤੇ ਉਹਨਾਂ ਨੇ ਕਮਰਾ ਵੀ ਮੈਨੂੰ ਅੱਛਾ ਦਿੱਤਾ। ਔਰ ਅੱਜ ਸਾਰਾ ਦਿਨ ਮੈਂ ਗੁਜ਼ਾਰਾਂਗਾ ਇੱਥੇ ਗੁਜ਼ਾਰ ਕੇ, ਅਤੇ ਅੱਜ ਸ਼ਾਮ ਨੂੰ ਇਨਸ਼ਾਅੱਲਾ ਤਾਲਾ ਵਾਪਸ ਚਲੇ ਜਾਵਾਂਗੇ ਅਸੀਂ ਫੈਸਲਾਬਾਦ। ਠੀਕ ਹੈ ਜੀ, ਵਿਊ ਬੜਾ ਖੂਬਸੂਰਤ ਸਾਹਮਣੇ, ਉਹ ਪਹਾੜ ਤੁਸੀਂ ਵੇਖ ਰਹੇ ਹੋ, ਔਰ ਪਹਾੜ ਬੱਦਲਾਂ ਦੇ ਵਿੱਚ ਫਸੇ ਪਏ ਨੇ। ਉਹਨਾਂ ਵਿੱਚ ਪਹਾੜ ਅਤੇ ਬੱਦਲ ਲਹਿਦਾ ਲਹਿਦਾ ਕਰਨੇ ਬੜੇ ਮੁਸ਼ਕਿਲ ਆ, ਗੌਰ ਨਾਲ ਦੇਖਣੇ ਪੈਂਦੇ ਨੇ। ਪਹਾੜ ਤੋੜੋ ਤੋੜ ਪਹਾੜ ਨੇ, ਇੰਨੇ ਉੱਚੇ ਪਹਾੜ ਹੋਏ ਹੋਏ। ਆਓ ਫਿਰ ਸੈਰ ਕਰਦੇ ਹਾਂ ਅੱਜ ਦੀ। ਸਭ ਤੋਂ ਪਹਿਲੇ ਤਾਂ ਕਰਾਂਗੇ ਨਾਸ਼ਤਾ, ਦੇਖਦੇ ਹਾਂ ਨਾਸ਼ਤੇ ਦੇ ਵਿੱਚ ਕੀ ਬਣਿਆ। ਇਹ ਹੋਟਲ ਵਾਲਿਆਂ ਨੇ ਕਿਹਾ ਕਿ ਨਾਸ਼ਤਾ ਜਿਹੜਾ ਸਾਡਾ ਅੱਛਾ ਹੁੰਦਾ, ਅਤੇ ਨਾਸ਼ਤਾ ਕਰਦੇ ਹਾਂ। ਨਾਸ਼ਤਾ ਕਰਦੇ ਹਾਂ ਅਤੇ ਨਾਸ਼ਤਾ ਕਰਕੇ ਨਿਕਲਦੇ ਹਾਂ ਕਿ ਕਾਗਾਨ ਜਿਹੜਾ ਉਹ ਕਿਸ ਤਰ੍ਹਾਂ ਦਾ। ਠੀਕ ਹੈ ਜੀ, ਅਤੇ ਮੈਂ ਤਾਂ ਭਾਈ ਜਾਨ ਪਹਿਲੀ ਵਾਰੀ ਆਇਆ ਹਾਂ, ਲੇਕਿਨ ਸਾਰਾ ਕੁਛ ਮੈਂ ਤਾਂ ਬੜੀਆਂ ਹਿਰਸ ਭਰੀਆਂ ਨਿਗਾਹਾਂ ਨਾਲ ਦੇਖ ਰਿਹਾ ਸਾਰਾ ਕੁਛ। ਜਿੱਥੇ ਜਿੱਥੇ ਜਾ ਰਿਹਾ, ਜਿਹੜੀ ਜਿਹੜੀ ਮੈਂ ਵੀਡੀਓ ਬਣਾ ਰਿਹਾ, ਸਮਝ ਲਓ ਕਿ ਉੱਥੇ ਮੈਂ ਪਹਿਲੀ ਵਾਰੀ ਜਾ ਰਿਹਾ। ਸ਼ੁਕਰ ਅਲਹਮਦੁਲਿਲਾ, ਅੱਜ ਇਹ ਵੀ ਮੈਨੂੰ ਅੱਲਾਹ ਤਾਲਾ ਨੇ ਦਿਖਾਤਾ, ਬੜਾ ਖੂਬਸੂਰਤ ਮੰਜ਼ਰ। ਲਓ ਜੀ, ਤਿਆਰੀ ਮੁਕੰਮਲ ਹੋ ਗਈ, ਹੋਟਲ 'ਚੋਂ ਮੈਂ ਨਿਕਲਣ ਲੱਗਾ ਵਾਂ, ਗੱਡੀ ਹੋ ਗਈ ਤਿਆਰ, ਅਤੇ ਹੁਣ ਚਲੀਏ ਆਪਣੇ ਫੈਸਲਾਬਾਦ। ਲਓ ਜੀ, ਇਹਨਾਂ ਨੇ ਕੀ ਫਰਿੱਜ ਦੇ ਪੈਸੇ ਬਚਾਏ ਨੇ, ਹਰ ਸ਼ਹਿਰ ਕਿੱਧਰ ਤੋਂ ਠੰਡੀ ਲੈਣੀ। ਲਓ ਜੀ, ਟ੍ਰੈਫਿਕ ਬਲਾਕ ਆ ਮੇਰੇ ਖਿਆਲ, ਟ੍ਰੈਫਿਕ ਹੁਣ ਸਾਡੇ ਵਾਲੀ ਸਾਈਡ ਬੰਦ ਆ, ਦੂਸਰੀ ਸਾਈਡ ਖੁੱਲ੍ਹ ਗਈ ਹੈ, ਅਤੇ ਮੈਂ ਤਾਂ ਬਾਹਰ ਨਿਕਲ ਆਇਆ ਗੱਡੀ ਤੋਂ। ਨਰਾਨ ਕਗਾਨ ਜਦੋਂ ਵੀ ਬੰਦਾ ਆਉਂਦਾ ਨਾ, ਸਭ ਤੋਂ ਪਹਿਲੇ ਵੱਡੀ ਪਰੇਸ਼ਾਨੀ ਜਨਾਬ, ਕੈਸੇ ਹੈ? ਠੀਕ ਹੈ, ਵਾਪਸ ਜਾ ਰਹੇ ਕਿ ਆਏ ਅਭੀ? ਨਹੀਂ ਨਹੀਂ, ਵਾਪਸ ਜਾ ਰਹੇ, ਵਾਪਸ ਜਾ ਰਹੇ। ਕੈਸਾ ਰਹਾ ਅੱਗੇ ਦਾ ਟੂਰ? ਟੂਰ ਬੜਾ ਅੱਛਾ, ਮਾਸ਼ਾਅੱਲਾ, ਬੜਾ ਮਜ਼ਾ ਆਇਆ। ਕਿਧਰੇ ਇੰਗੇ ਪਲਾਨ ਦੇ ਆਏ? ਅਸੀਂ ਤਾਂ 7-8 ਦਿਨ ਬਾਅਦ ਆਏ, ਲੇਕਿਨ 3 ਦਿਨਾਂ ਬਾਅਦ ਹੀ ਗਏ। ਹੋਰ ਜਨਾਬ, ਕੀ ਹਾਲ ਹੈ? ਨਰਾਨ ਕਗਾਨ ਆਣ ਕੇ ਮੈਂ ਸਭ ਤੋਂ ਵੱਡੀ ਪਰੇਸ਼ਾਨੀ ਉਦੋਂ ਹੁੰਦੀ ਜਦੋਂ ਬੰਦੇ ਆਣ ਕੇ ਮੋਬਾਈਲ ਦਾ ਕੈਮਰਾ ਨਾ ਚਲਾਏ, ਮੋਬਾਈਲ ਦਾ ਕੈਮਰਾ ਨਾ ਚੱਲੇ, ਜਾਂ ਇਹਦਾ ਟ੍ਰੈਫਿਕ ਬਲੌਕ। ਇਹ ਦੋ ਇਸ਼ੂਸ ਆਉਂਦੇ ਹੋ, ਇਸ ਦੇ ਇਲਾਵਾ ਤਾਂ ਬਸ ਕੀ ਹੋਵੇ, ਤੇ ਸਾਰਾ ਦਿਨ ਬੰਦਾ ਗੱਡੀ 'ਚ ਬੈਠਾ ਰਹਿੰਦਾ, ਐਸੀ ਫਸਿਆ। ਚਲੋ ਜੀ, ਟ੍ਰੈਫਿਕ ਮੇਰੇ ਕੋਲ ਖੁੱਲ੍ਹ ਗਿਆ। ਤੁਸੀਂ ਵੀ ਜਾ ਰਹੇ ਜਾ ਰਹੇ? ਜੀ, ਮੈਂ ਗੇਟ ਦੇ ਉੱਤੇ ਗਿਆ। ਅੱਛਾ ਅੱਛਾ, ਆਪ ਕੀ ਹੈ ਕੰਪਨੀ? ਇਹ ਫੈਸਲਾਬਾਦ ਤੋਂ ਮੈਂ, ਅੱਜ ਗਾੜੀ ਆ ਰਹੀ ਮੇਰੇ ਸਾਹਮਣੇ। ਇਹ ਲਓ ਜੀ, ਰਸਤੇ 'ਚ ਮੈਂ ਉਤਰੇ ਹਾਂ, ਇਸ ਜਗ੍ਹਾ ਦਾ ਨਾਂ ਕਾਗਾਨ ਰੋਡ ਮਲਕੰਡੀ। ਉੱਥੇ ਹੈ ਦਰਿਆ ਦਾ ਵਿਊ, ਅਤੇ ਦਰਿਆ ਉਹ ਹੀ ਹੈ ਜਿਹੜਾ ਪਿੱਛੋਂ ਆ ਰਿਹਾ। ਅਤੇ ਇੱਥੇ ਹੁਣ ਮੈਂ 10 ਮਿੰਟ ਵਾਸਤੇ ਰੁਕਿਆ, ਲੋਕਾਂ ਦੇ ਨਾਲ ਮੈਂ ਵੀ ਇੰਜੋਏ ਕਰ ਰਿਹਾ, ਫੈਮਿਲੀ ਮੇਰੀ ਮੇਰੇ ਨਾਲ ਆ, ਬੱਚੇ ਆਪਣੀ ਆ ਤਸਵੀਰਾਂ ਲਵਾ ਰਹੇ ਨੇ। ਇਸ ਵਕਤ ਮੈਂ ਹਿੱਲਣ ਡਿਆ, ਚੰਗਾ ਭਲਾ ਹੁਣ ਚੰਗਾ ਭਲਾ ਹਿੱਲਣ ਡਿਆ, ਹੁਣ ਵੀ ਪੁਰਾਣਾ ਬਣਿਆ, ਬੜਾ ਸਪੀਡ ਨਾਲ ਪਾਣੀ ਆਉਣ ਡਿਆ, ਮਨ ਟੁੱਟੀਆਂ ਵੀ ਟੁੱਟੀਆਂ। ਦਰਿਆ ਕੁਨਾਰ ਕੋਲ ਹਿੱਲ ਲਿਆ ਮਨ, ਕੋਲ ਤੇ ਜੋੜ ਵੀ ਲੱਗੇ ਫਟੀਆਂ ਦੇ, ਆ ਦੇਖੋ। ਹੌਲੀ ਹੌਲੀ ਇੱਕ ਦੋ ਗੇੜੇ ਕੱਢੇ ਨਾ, ਬੰਦੇ ਦਾ ਡਰ ਲੱਗ ਜਾਂਦਾ, ਨਿਆਣੇ ਮੇਰੇ ਫੋਟੋਆਂ ਉੱਧਰ ਲਾ ਰਹੇ ਨੇ, ਮੈਂ ਇੱਧਰ।
ਸ਼ਵੇਜ ਇੱਧਰ ਆ ਜਾ, ਇੱਧਰ ਆ ਜਾ, ਪਾਣੀ ਬਹੁਤ ਜ਼ਿਆਦਾ ਵਾ ਇੱਧਰ। ਓਏ ਲਰੇਵ ਇੱਧਰ ਆ ਜਾਓ, ਠੰਡਾ ਪਾਣੀ ਸਾਡੇ ਵਾਸਤੇ ਨਹੀਂ ਬਣਿਆ, ਆ ਜਾਓ। ਤੇ ਪਤਾ ਨਹੀਂ ਕਿਹੜੇ ਲੋਕ ਆ ਜਿਹੜੇ ਇਹਦੇ ਵਿੱਚ ਵੜ ਜਾਂਦੇ ਆ। ਆ ਜਾ ਜਿਆ, ਤੂੰ ਵੀ ਇੱਧਰ ਆ ਜਾ, ਚਲ ਚਲ। ਪਾਣੀ ਬਹੁਤ ਠੰਡਾ, ਇੱਕ ਵਾਰੀ ਮੂੰਹ ਜ਼ਰੂਰ ਧੋਣਾ ਚਾਹੀਦਾ ਇਹਦੇ ਨਾਲ, ਕਿਉਂਕਿ ਸਫ਼ਰ ਇੱਦਾਂ ਦਾ ਹੋਸ਼ ਆ ਜਾਂਦੀ ਹੈ ਚੰਗੀ ਭਲੀ। ਬਹੁਤ ਠੰਡਾ ਮਾਰਨਾ, ਬਹੁਤ ਠੰਡਾ ਪਾਣੀ। ਦਰਿਆ ਕੁਨਾਰ 'ਤੇ ਅਸੀਂ ਰੁਕੇ ਹਾਂ ਅਤੇ ਮੈਨੂੰ ਦੋਸਤ ਮਿਲ ਗਏ ਨੇ ਆਪਣੇ ਫੈਸਲਾਬਾਦ ਦੇ ਝੰਗ ਰੋਡ 'ਤੇ, ਆਹ ਸਾਰੇ ਦੋਸਤ ਬੈਠੇ ਨੇ ਅਤੇ ਇਹ ਆਪਣਾ ਇੰਜੋਏ ਕਰ ਰਹੇ ਸੀ। ਚਿਪਸ ਮੰਗਵਾਈ, ਨਾਲ ਇਹਨਾਂ ਨੇ ਚਾਹ ਮੰਗਵਾਈ ਹੈ ਅਤੇ ਨਾਲ ਆਪਣਾ ਦੋਸਤ ਮੰਗਵਾਇਆ ਹੈ। ਇਹ ਜਿਹੜਾ ਦੋਸਤ ਇੱਥੇ ਉਹਨਾਂ ਨੂੰ ਸਹੀ ਕਰਵਾਉਣ ਵਾਸਤੇ ਲਿਆ ਸੀ ਇਲਾਜ ਕਰਵਾਉਣ ਵਾਸਤੇ, ਅਤੇ ਆਹ ਬਿਲਕੁਲ ਆਹ ਵਾਪਸੀ 'ਤੇ ਸਹੀ ਚਿਪਸ ਖਾ ਰਹੇ ਨੇ ਔਰ ਕਹਿੰਦੇ ਕਿ ਮੈਂ ਬਿਲਕੁਲ ਠੀਕ ਹਾਂ। ਜਦੋਂ ਆਏ ਸੀ ਉਦੋਂ ਇਹਨਾਂ ਦੇ ਲਾਲਾਂ ਵਗਦੀਆਂ ਸੀ, ਲੌਂਗ ਨਿੱਕਰ ਪਾਈ ਸੀ, ਬਨੈਨ ਪਾਈ ਸੀ, ਅਤੇ ਜਦੋਂ ਵਾਪਸ ਆਏ ਤਾਂ ਕਹਿੰਦੇ ਮੈਨੂੰ ਇਹ ਜਗ੍ਹਾ ਰਾਸ ਆ ਗਈ ਆ ਅਤੇ ਮੈਂ ਬਿਲਕੁਲ ਠੀਕ ਹੋ ਗਿਆ। ਲਓ ਜੀ, ਥੈਂਕ ਯੂ ਜੀ, ਬੜਾ ਮਜ਼ਾ ਆਇਆ ਤੁਹਾਡੇ ਨਾਲ। ਹਰ ਬੰਦੇ ਨੂੰ ਇੰਜੋਏ ਕਰਨਾ ਚਾਹੀਦਾ। ਦੇਖੋ ਨਾ, ਸਾਰੇ ਮੇਰੇ ਦੋਸਤ ਜਿੰਨੇ ਵੀ ਤੁਸੀਂ ਦੇਖ ਰਹੇ ਹੋ 40+ ਹੀ ਲੱਗਦੇ ਆ ਮੈਨੂੰ, ਲੇਕਿਨ 40+ ਵਾਲੇ ਦਾ ਇੱਕ ਘਾਟਾ ਵਾ, ਜਦੋਂ ਬੰਦਾ ਬੱਸ ਤੋਂ ਜਾਂ ਵੈਗਨ ਤੋਂ ਉੱਤਰਦਾ ਨਾ, ਪਹਿਲੇ ਸੱਟੇ ਹੀ ਉਹਨੂੰ ਚੱਕਰ ਆਉਂਦੇ, ਉਹ ਬੰਦਾ ਕਹਿੰਦਾ ਲੈ ਵੀ ਮੈਂ ਗਿਆ। ਲੇਕਿਨ ਜਿਹੜੇ 40 ਤੋਂ ਪਹਿਲੇ ਵਾਲੇ ਨਾ, 30-35 ਵਾਲੇ, ਉਹਨਾਂ ਨੂੰ ਚੱਕਰ ਨਹੀਂ ਆਉਂਦੇ, ਲੇਕਿਨ ਮੈਨੂੰ ਵੀ ਫੁੱਲ ਚੱਕਰ ਆਇਆ। ਤੁਹਾਨੂੰ ਤੁਹਾਨੂੰ ਪੰਜ ਚੱਕਰ ਆਏ ਆ, ਇਹਨੇ ਚੱਕਰਾਂ ਦੇ ਪੈਸੇ ਦੇਣੇ ਆ। ਇਹ ਲੋਕਾਂ ਵਾਲੇ ਵਾਪਸ ਆ ਗਏ ਇਹਨਾਂ ਨੂੰ ਜਿਹੜੇ ਦਿੱਤੇ ਇਹਨਾਂ ਨੇ। ਲਓ ਜਨਾਬ, ਸ਼ੁਕਰੀਆ ਜੀ, ਬੜਾ ਮਜ਼ਾ ਆਇਆ ਤੁਹਾਡੇ ਨਾਲ ਮਿਲ ਕੇ ਜਨਾਬ। ਇਨਸ਼ਾਅੱਲਾ ਜ਼ਿੰਦਗੀ ਰਹੀ ਤੇ ਦੁਬਾਰਾ ਫੇਰ ਮੁਲਾਕਾਤ ਹੋਏਗੀ। ਚਲੋ ਜੀ ਭਾਈ, ਨਹੀਂ ਫਿਰ ਹੈ ਇਸਲਾਮਾਬਾਦ, ਉੱਥੋਂ ਫਿਰ ਰੋਟੀ ਖਾ ਕੇ ਭਾਈ ਜਾਨ। ਰਸ਼ ਨਾਲ ਭਰਿਆ ਹੋਇਆ। ਲਓ ਜੀ, ATM ਮਸ਼ੀਨ ਇਹਨਾਂ ਦੀ ਹੈ, ਇੱਥੇ ਚੈੱਕ ਕਰਦੇ ਹਾਂ। ਖੁਸ਼ੀ ਮੈਨੂੰ ਇਸ ਗੱਲ ਦੀ ਹੋਈ ਕਿ ਥੋੜ੍ਹੀ ਦੇਰ ਵਾਸਤੇ ਮੈਂ ਰੁਕਿਆ, ਸਿਰਫ 15-20 ਮਿੰਟ ਵਾਸਤੇ ਬਾਲਾਕੋਟ, ਅਤੇ ਉੱਥੇ ਵੀ ਕੋਈ ਪਿਆਰ ਵਾਲਾ ਜੀ ਲੱਭ ਗਿਆ। ਬਾਲਾਕੋਟ ਵੀ ਬੜਾ ਖੂਬਸੂਰਤ ਇਲਾਕਾ। ਬਾਲਾਕੋਟ ਤੋਂ ਗੱਡੀ 'ਚ ਪਾਉਣ ਲੱਗੇ ਹਾਂ ਤੇਲ, ਤੇਲ ਹੁਣ ਕਰਾ ਲਈਏ ਟੈਂਕੀ ਫੁੱਲ। ਲਓ ਜੀ, ਮੈਂ ਮੂੰਹ ਧੋ ਰਿਹਾ ਫੇਸ ਵਾਸ਼ ਦੇ ਨਾਲ, ਹੁਣ ਫਰੈਸ਼ ਹੋ ਗਿਆ, ਅਗਲਾ ਸਫ਼ਰ ਜ਼ਰਾ ਮਾੜਾ ਜਿਹਾ ਹੋਸ਼ ਨਾਲ ਕਰਾਂਗੇ। ਲਓ ਜੀ, ਆ ਗਿਆ ਜੀ ਟਰਮੀਨਲ। ਟਰਨਲ ਨਹੀਂ ਪਾਪਾ, ਟਰਨਲ 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 ਓਏ ਉਹੀ ਸੁਰੰਗ ਹੀ ਆ ਸੁਰੰਗ ਆ, ਠੀਕ ਹੈ। ਉਹਦੇ ਟਰਨਲ ਔਰ ਟਰਮੀਨਲ 'ਚ ਫਰਕ ਕਿੰਨਾ ਗਾ? ਥੋੜ੍ਹਾ ਜਿਹਾ ਟਰਮੀਨਲ ਨਹੀਂ, ਟਰਨਲ ਬਾਬਾ, ਟਰਨਲ ਟਰਨਲ। ਹਾਂ ਚਲੋ, ਇਹ ਜੀ ਟਰਨਲ ਜਿੱਥੋਂ ਅਸੀਂ ਗੁਜ਼ਰ ਰਹੇ ਹਾਂ, ਦੋਵਾਂ 'ਚੋਂ ਅਸੀਂ ਗੁਜ਼ਰ ਰਹੇ ਹਾਂ, ਤੀਸਰੇ 'ਚੋਂ ਅਸੀਂ ਅੱਲਾ ਖੈਰ ਕਰੇ ਗੁਜ਼ਰ ਲੱਗੇ ਹਾਂ, ਅਤੇ ਉੱਧਰ ਪਤਾ ਨਹੀਂ ਘੁੰਮਣਾ ਕਿ ਨਹੀਂ ਹੋਣਾ, ਅੱਗੋਂ ਬੰਦ ਹੀ ਨਾ ਹੋਵੇ, ਹੈ ਨਹੀਂ ਅੱਗੋਂ ਬੰਦ ਨਾ ਹੋਵੇ, ਮੈਂ ਲੱਗਦਾ ਤਾਂ ਇੱਦਾਂ ਗੇਟ ਨਾ ਲੱਗਿਆ ਹੋਵੇ। ਅੱਛਾ ਜੀ, ਇੰਟਰਨਲ 'ਚੋਂ ਨਿਕਲ ਕੇ ਅਸੀਂ ਆ ਗਏ ਅਹਿਮਦਾਬਾਦ। One hour later. ਲਓ ਜੀ, ਪਹੁੰਚ ਗਏ ਸੀ ਸੇਵਰ 'ਤੇ। ਇਹ ਸ਼ਵੇਜ਼ ਦੀ ਪਸੰਦ ਸੀ ਕਿ ਇੱਥੇ ਆਉਣਾ, ਚੱਲ ਵੀ ਅੰਦਰ ਹੁਣ।
ਲਓ ਜੀ ਪਹੁੰਚ ਗਏ ਅਸੀਂ ਸੇਵਰ 'ਚ, ਇੱਥੇ ਹੁਣ ਖਾਵਾਂਗੇ ਖਾਣਾ। ਅਸੀਂ ਸਭ ਤੋਂ ਪਹਿਲੇ ਆਈ ਹੈ ਸਲਾਦ ਦੇ, ਚਮਚਾ ਸੁੱਟ ਲਿਆ ਸ਼ਹੀਦ ਨੇ, ਚਮਚਾ ਪਹਿਲੇ ਤੁਹਾਨੂੰ ਸੁੱਟੇਗਾ ਅਤੇ ਫਿਰ ਇਹ ਖਾਏਗਾ। ਲਓ ਜੀ ਖਾਣਾ ਖਾ ਕੇ ਨਿਕਲਿਆ ਬਾਹਰ, ਹੁਣ ਅਸੀਂ ਜਾ ਰਹੇ ਹਾਂ ਫੈਸਲਾਬਾਦ। ਲਓ ਜੀ ਬੇਰੇ ਦੇ ਵਿੱਚ, ਕਿੱਥੋਂ ਤੋਂ ਤੁਸੀਂ ਜੀ? ਅਸੀਂ ਜੰਗ ਤੋਂ। ਜੰਗ ਤੋਂ? ਲਓ ਜੀ ਜੰਗ ਦੇ ਸਾਨੂੰ ਇੱਕ ਦੋਸਤ ਮਿਲ ਗਏ ਨੇ, ਅਤੇ ਜਿੱਥੇ ਮੈਂ ਸਟਾਪ ਕੀਤਾ ਨਾ ਉੱਥੇ ਕੋਈ ਨਾ ਕੋਈ ਅੱਲਾ ਨੇ ਕੋਈ ਜੀ ਐਸਾ ਭੇਜ ਦਿੱਤਾ ਕਿ ਜਿਹਨੇ ਨਾ ਕੋਈ ਪਿਆਰ ਮੁਹੱਬਤ ਕਰਨ ਵਾਲਾ, ਕੋਈ ਮਿਲਣ ਵਾਲਾ। ਬਿਲਕੁਲ ਬਿਲਕੁਲ, ਫੈਨ ਫਾਲੋਇੰਗ ਤੁਹਾਡੀ ਬੜੀ ਹੈ ਮਾਸ਼ਾਅੱਲਾ, ਸਾਨੂੰ ਪਤਾ ਹੈ ਜੀ। ਥੈਂਕ ਯੂ, ਚਲੋ ਮਿਹਰਬਾਨੀ। ਤਸਵੀਰ ਜੀ, ਵਾਪਸ 'ਤੇ ਤੇਲ ਪਿਆ ਹੈ, ਬਾਲਾਕੋਟੋਂ ਜੀ ਪਵਾਇਆ ਸੀ ਅਤੇ ਫੈਸਲਾਬਾਦ ਤੱਕ ਬਣ ਗਿਆ ਤੇਲ 18,000 ਦਵਾਈ ਲੈ ਲਈ। ਸਾਰੇ ਤੇਲ ਬੰਦਾ ਖੁਸ਼ੀ ਨਾਲ ਪਵਾ ਲੈਂਦਾ, ਜਿਹੜਾ ਆਖਰੀ ਤੇਲ ਪਾਉਂਦਾ ਨਾ ਉਹਦਾ ਬੜਾ ਦੁੱਖ ਲੱਗਦਾ ਬੰਦੇ ਨੂੰ। ਲਓ ਸ਼ੁਕਰ ਅਲਹਮਦੁਲਿਲਾ, ਖੈਰ ਖਰੀਦ ਨਾਲ ਮੈਂ ਪਹੁੰਚ ਗਿਆ ਆਪਣੇ ਘਰ, ਲੈ ਗਿਆ ਗੱਡੀ 'ਤੇ।